ਸੁਣਦਿਆਂ ਮਨ ਮਨ ਨਹੀਂ ਰਹੇਗਾ ਅਗਰ ਕਹੀਏ ਮਨ ਹੰਕਾਰ ਹੈ ਤਾਂ ਹੰਕਾਰ ਨਹੀਂ ਰਹੇਗਾ ਮਨ ਨਿਰੰਕਾਰ ਹੋ ਜਾਏ ਜੇ ਕਹੀਏ ਮਨ ਲੋਭ ਹੈ ਤਾਂ ਸੁਣਦਿਆਂ ਹੀ ਮਨ ਸੰਤੋਖ ਹੋ ਜਾਏਗਾ ਲੋਭ ਨਹੀਂ ਰਹੇਗਾ ਜੇ ਕਹੀਏ ਮਨ ਕਾਮ ਹੈ ਜੈਸੇ ਕਿ ਫਰਾਈਡ ਕਹਿੰਦਾ ਕਾਮ ਹੈ ਪਰ ਸੁਣਦਿਆਂ ਹੀ ਮਨ ਰਾਮ ਹੋ ਜਾਏ ਮੰਮਾ ਮਨ ਸੇਉ ਕਾਜੈ ਮਨ ਸਾਦੇ ਸੇ ਦਬੋਏ ਮਨ ਹੀ ਮਨ ਸੇਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਤਨ ਹਾਕ ਦੇ ਚ ਹਾਕ ਹੋਵੇ ਇਸ ਤੋਂ ਪਹਿਲੇ ਮਨ ਨੂੰ ਜੋਤ ਦੇ ਚ ਜੋਤ ਕਰਨਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਨ ਮਨ ਰਾਖ ਦੇ ਚ ਰਾਖ ਹੋਵੇ ਉਸ ਤੋਂ ਪਹਿਲੇ ਮਨ ਨੂੰ ਰਾਮ ਦੇ ਚ ਲੀਨ ਕਰਕੇ ਰਾਮ ਕਰਨਾ ਐਸੇ ਨੂੰ ਕਹਿੰਦੇ ਨੇ ਯਾਤਰਾ ਸਫਲ ਹੋ ਗਈ ਸੰਸਾਰ ਤੇ ਆਇਆ ਸਫਲ ਹੋ ਗਿਆ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਦਾ ਯਾਤਰਾ ਸੰਪੂਰਨ ਨਹੀਂ ਆਉਂਦੀ ਕਿਉਂ ਤਨ ਤੇ ਕਬਰ ਤੱਕ ਪਹੁੰਚ ਜਾਂਦਾ ਹੈ ਮਨ ਖੁਦਾ ਤੱਕ ਨਹੀਂ ਪਹੁੰਚਦਾ ਤਨ ਸ਼ਮਸ਼ਾਨ ਤੱਕ ਪਹੁੰਚ ਜਾਂਦਾ ਹੈ ਮਨ ਭਗਵਾਨ ਤੱਕ ਨਹੀਂ ਪਹੁੰਚ ਜਾਂਦਾ ਅਧੂਰਾ ਰਹਿ ਜਾਂਦਾ ਹੈ ਤਨ ਦੀ ਆਪਣੀ ਉਮਰ ਹੈ ਤਨ ਮਿਟ ਜਾਂਦਾ ਹੈ ਮਨ ਮਿਟਿਆ ਕੋਈ ਨਹੀਂ ਤਨ ਨੇ ਮਿਟਣਾ ਸੀ ਮਿੱਟੀ 'ਚ ਮਨ ਨੇ ਮਿਟਣਾ ਸੀ ਪ੍ਰਮਾਤਮਾ 'ਚ लीन ਹੋਣਾ ਸੀ ਪ੍ਰਮਾਤਮਾ 'ਚ ਮਨ ਨੇ ਮਿੱਟੀ ਦੇ 'ਚ ਤਨ ਨੇ ਮਿੱਟੀ ਦੇ 'ਚ ਮਿਟ ਕੇ ਮਿੱਟੀ ਹੋਣਾ ਹੈ ਇਹੀ ਤਨ ਦਾ ਲਕਸ਼ ਹੈ ਮਨ ਨੇ ਜੋਤ ਦੇ 'ਚ लीन ਹੋ ਕੇ ਜੋਤ ਹੋਣਾ ਹੈ ਇਹੀ ਮਨ ਦਾ ਮਨੋਰਥ ਹੈ ਪਰ ਕੁਛ ਵੀ ਨਹੀਂ ਸਤ ਸੰਗ ਦੇ ਚ ਅਗਰ ਮਨ ਪ੍ਰਭਾਵਿਤ ਹੋ ਗਿਆ ਗੁਰੂ ਤੋਂ ਪਰਮਾਤਮਾ ਤੋਂ ਤਾਂ ਮਨ ਮੰਗਣ ਲੱਗ ਪੈਂਦਾ ਹੈ ਮਨ ਫਿਰ ਮੰਗਦਾ ਹੈ ਪਰਮਾਤਮਾ ਨੂੰ ਫਿਰ ਉਸੇ ਨੂੰ ਯਾਦ ਕਰਨ ਲੱਗ ਪੈਂਦਾ ਹੈ ਫਿਰ ਸੰਘਰਸ਼ ਕਰਦਾ ਹੈ ਸਮਾਂ ਕੱਢਦਾ ਹੈ ਉਹਨੂੰ ਯਾਦ ਕਰਨ ਲਈ ਉਹਦੀ ਯਾਦ ਮਹਾ ਆਨੰਦ ਬਣਾ ਲੈਂਦੀ ਹੈ ਤੁਦ ਚਿਤ ਆਏ ਮਹਾ ਆਨੰਦਾ ਜਿ세 ਵਿਸਰੇ ਸੋ ਮਰ ਜਾਏ ਜਿਹਨੂੰ ਭੁੱਲ ਜਾਂਦਾ ਉਹਦਾ ਆਨੰਦ ਮਰ ਜਾਂਦਾ ਜਿਹਨੂੰ ਭੁੱਲ ਜਾਂਦਾ ਉਹਦੀਆਂ ਖੁਸ਼ੀਆਂ ਮਰ ਜਾਂਦੀਆਂ ਔਰ ਬਿਸਰ ਤੇਰੇ ਗੁਣ ਗਲਿਆ ਜਿਹਨੂੰ ਭੁੱਲ ਜਾਂਦਾ ਉਹਦੇ ਗੁਣ ਗਲ ਜਾਂਦੇ ਨੇ ਨਾਸ ਹੋ ਜਾਂਦੇ ਨੇ ਤੇ ਜਿਹਨੂੰ ਯਾਦ ਆ ਜਾਂਦਾ ਉਹਦਾ ਮਨ ਹੀ ਜੋਤ ਸਰੂਪ ਹੋ ਜਾਂਦਾ ਹੈ ਪਰਮਾਤਮਾ ਹੋ ਜਾਂਦਾ ਹੈ ਤੋ ਮਨ ਦੀ ਖੋਜ ਮਨ ਨੂੰ ਸਮਝਣਾ ਮਨ ਦੇ ਨੇੜੇ ਆਣਾ ਫਿਰ ਮਨ ਦੀ ਸਾਧਨਾ ਮਨ ਨੂੰ ਪਰਮਾਤਮਾ ਦੇ ਚਲੇਨ ਕਰਕੇ ਪਰਮਾਤਮਾ ਕਰ ਲੈਣਾ ਹਰ ਮਨੁੱਖ ਦਾ ਭਵਿਸ਼ਾ ਪਰਮਾਤਮਾ ਹੋਣਾ ਕੋਈ ਮਨੁੱਖ ਦਾ ਬਾਕੀ ਭਵਿਸ਼ ਨਹੀਂ ਹੈ ਥੋੜੇ ਦਿਨ ਇੱਕ ਸੱਜਣ ਨੇ ਮੈਨੂੰ ਪੁੱ问 ਕੀਤੀ ਸੀ ਵੀ ਗਿਆਨੀ ਜੀ ਤੁਸੀਂ ਕੋਈ ਜੋਤਿਸ਼ ਬਾਰੇ ਵੀ ਜਾਣਦੇ ਹੋ ਮੈਂ ਕਿਹਾ ਜਾਣਦਾ ਔਰ ਮੈਂ ਸਾਰੀ ਦੁਨੀਆ ਦੇ ਜੋਤਿਸ਼ ਬਾਰੇ ਜਾਣਦਾ ਮਨੁੱਖਾਂ ਦੇ ਸਾਰੇ ਮਨੁੱਖਾਂ ਦੇ ਭਵਿਸ਼ ਬਾਰੇ ਮੈਂ ਜਾਣਦਾ ਉਹ ਮੈਨੂੰ ਫੋਨ ਕਰਕੇ ਕਹਿੰਦਾ ਫਿਰ ਮੈਂ ਗੈਨੀ ਜੀ ਮੈਂ ਤੁਹਾਡੇ ਕੋਲ ਕੱਲ ਆਵਣਾ ਹੈ ਭਵਿਸ਼ ਪੁੱਛਣ ਲਈ ਮੈਂ ਕਿ ਕੱਲ ਨਾ ਆਣਾ ਹੁਣੇ ਹੀ ਫੋਨ ਤੇ ਪੁੱਛ ਲੈ ਹੁਣੇ ਹੀ ਮੈਂ ਤੈਨੂੰ ਦੱਸ ਦਿੰਦਾ ਅੱਛਾ ਦੱਸੋ ਤੁਸੀਂ ਫੋਨ ਤੇ ਵੀ ਦੱਸ ਦਿੰਦੇ ਹੋ ਹਾਂ ਮੈਂ ਕਿ ਹਰ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਜਿੰਨੇ ਚਿਰ ਤੱਕ ਪਰਮਾਤਮਾ ਨਹੀਂ ਹੋ ਜਾਂਦਾ ਜੰਮਦਾ ਰਹੇਗਾ ਮਰਦਾ ਰਹੇਗਾ ਜੰਮਦਾ ਰਹੇਗਾ ਮਰਦਾ ਰਹੇਗਾ ਇਹ ਜਨਮ ਮਰਨ ਉਸੇ ਦਿਨ ਮਿਟੇਗਾ ਜਿਵੇਂ ਪਰਮਾਤਮਾ ਦਾ ਜਨਮ ਤੇ ਮਰਨ ਨਹੀਂ ਹੈ ਪਰਮਾਤਮਾ ਦੇ ਚਲੇਨ ਹੋ ਕੇ ਹੀ ਜਨਮ ਮਰਨ ਮਿਟੇਗਾ ਉਸ ਤੋਂ ਪਹਿਲੇ ਨਹੀਂ ਮਿਟੇਗਾ ਉਸ ਤੋਂ ਪਹਿਲੇ ਠੋਕਰਾਂ ਖਾਂਦਾ ਰਹੇ ਸਿੱਖ ਸਾਧਿ ਨੇ ਵੀ ਕਿਦਰ ਇੱਕ ਥਾਂ ਤੇ ਕਿਹਾ ਕਹਿੰਦਾ ਮੈਂ ਨਜੂਮੀ ਤੇ ਨਹੀਂ ਹਾਂ ਪਰ ਮੈਂ ਦੱਸ ਸਕਦਾ ਦੁਨੀਆਂ ਦਾ ਸਭ ਤੋਂ ਦੁਖੀ ਮਨੁੱਖ ਕੌਣ ਹੈ ਕਹਿੰਦਾ ਮੈਂ ਦੱਸ ਸਕਦਾ ਉਹਨੇ ਆਪਣੇ ਢੰਗ ਨਾਲ ਦੱਸਿਆ ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਕੇ ਦਰ ਰਾਹ ਤਸ ਰੰਜ ਦੀ ਗਰ ਕਰਸ ਅਸਤ ইরਾਨੀ ਭਾਸ਼ਾ ਦਾ ਬੜਾ ਸੁੰਦਰ ਇਹ ਸ਼ੇਰ ਪਰਸ਼ੰਦ ਗਰ ਇਨਸਾਫ ਪੁਰਸੀ ਬਦਖ ਅਖਤਰ ਕਸ ਅਸਤ ਕੇ ਦਰ ਰਾਹਤਸ਼ ਰੰਜ ਦੇ ਗਰ ਕਸ ਅਸਤ ਜਿਹੜਾ ਮਨੁੱਖ ਦੂਜਿਆਂ ਦੇ ਰੰਜ ਦੇ ਚੋਂ ਰਾਹਤ ਲੱਭਦਾ ਹੈ ਦੂਜਿਆਂ ਦੇ ਹੰਝੂਆਂ ਦੇ ਚੋਂ ਹਾਸੇ ਲੱਭਦਾ ਹੈ ਦੂਜਿਆਂ ਦੀ ਬਰਬਾਦੀ ਵਿੱਚੋਂ ਆਵਾਦੀ ਲੱਭਦਾ ਹੈ ਦੂਜਿਆਂ ਦੀ ਬੇਸਤੀ ਦੇ ਚੋਂ ਇੱਜ਼ਤ ਲੁਪਦਾ ਹੈ ਦੂਜਿਆਂ ਦੀ ਮੌਤ ਵਿੱਚੋਂ ਜ਼ਿੰਦਗੀ ਲੁਪਦਾ ਹੈ ਇਹ ਮਨੁੱਖ ਦੁਨੀਆ ਦਾ ਸਭ ਤੋਂ ਬਦਕਿਸਮਤ ਮਨੁੱਖ ਸਭ ਤੋਂ ਅਭਾਗਾ ਮਨੁੱਖ ਇਹਦਾ ਸਾਰਾ ਵਿਕਾਸ ਰੁਕ ਗਿਆ ਹੈ ਔਰ ਇਹ ਬਦਕਿਸਮਤ ਮਨੁੱਖ ਹੈ ਹਰ ਮਨੁੱਖ ਦਾ ਭਾਵੀ ਹੈ ਪਰਮਾਤਮਾ ਹੋਣਾ ਜਿਤਨੇ ਚਿਰ ਤੱਕ ਨਹੀਂ ਹੋ ਜਾਂਦਾ ਇਹ ਜਨਮ ਮਰਨ ਵੀ ਚੱਲਦਾ ਰਹੇਗਾ ਜੇ ਜਨਮ ਮਰਨ ਚੱਲਦਾ ਰਹੇਗਾ ਤਾਂ ਦੁੱਖ ਸੁਖ ਵੀ ਚੱਲਦਾ ਰਹੇਗਾ। ਦੁੱਖ ਸੁਖ ਤੋਂ छुटकारा ਨਹੀਂ ਹੁੰਦਾ। ਕਦੀ ਦੁੱਖ ਕਦੀ ਸੁਖ ਜਿਵੇਂ ਜ਼ਮੀਨ ਤੇ ਕਦੀ ਦਿਨ ਕਦੀ ਰਾਤ ਕਿਸੇ ਵਕਤ ਦਿਨ ਕਿਸੇ ਵਕਤ ਰਾਤ ਕਦੀ ਦਿਨ ਵੱਡੇ ਹੋ ਜਾਂਦੇ ਨੇ ਕਦੀ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ ਕਦੀ ਸੁਖ ਵੱਡੇ ਹੋ ਜਾਂਦੇ ਨੇ ਦੁੱਖ ਛੋਟੇ ਹੋ ਜਾਂਦੇ ਨੇ ਕਦੀ ਦੁੱਖ ਵੱਡੇ ਹੋ ਜਾਂਦੇ ਨੇ ਸੁਖ ਛੋਟੇ ਹੋ ਜਾਂਦੇ ਨੇ ਦੁੱਖ ਸੁਖ ਕਰਤ ਜਨਮ ਫਨ ਮੂਆ ਜਨਮ ਤੋਂ ਲੈ ਕੇ ਮਰਨ ਤੱਕ ਦੁੱਖ ਸੁਖ ਤੇ ਚੱਲਦਾ ਹੀ ਰਹੇਗਾ। ਛੁਟਕਾਰਾ ਉਸ ਦਿਨ ਹੋਵੇਗਾ ਜਿਸ ਦਿਨ ਮਨ ਪਰਮਾਤਮਾ ਦੇ ਚਲੇਨ ਹੋ ਕੇ ਪਰਮਾਤਮਾ ਹੋ ਜਾਏਗਾ ਸਾਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਮਨ ਪ੍ਰਭਾਵਿਤ ਹੋਵੇ ਉਸ ਅਕਾਲ ਪੁਰਖ ਹੋਏ ਉਹ ਮਹਾਰਸ ਹੈ ਮਹਾ ਸ਼ਕਤੀ ਹੈ ਗੁਨਾ ਦਾ ਸਾਗਰ ਹੈ ਰਸਾਂ ਦੀ ਖਾਨ ਹੈ ਸੁਖਾਂ ਦਾ ਸਾਗਰ ਹੈ ਮਨ ਪ੍ਰਭਾਵਿਤ ਹੋਵੇ ਤਾਂ ਮਨ ਸਭ ਕੁਝ ਉਹੀ ਕੁਝ ਹੋ ਜਾਏਗਾ ਜੋ ਪਰਮਾਤਮਾ ਹੈ ਭਗਤ ਕਬੀਰ ਕਹਿੰਦੇ ਨੇ ਬਿਗਰਿਓ ਕਬੀਰ ਆ ਰਾਮ ਦਵਾਈ ਸੱਚ ਭਇਓ ਅਨ ਕਤੇ ਨ ਜਾਇ ਪਰਮਾਤਮਾ ਸੱਚ ਹੈ ਕਬੀਰ ਵੀ ਸੱਚ ਹੋ ਗਿਆ ਸੱਚ ਵਿੱਚ ਲੀਨ ਹੋ ਕੇ ਕਬੀਰ ਵੀ ਸੱਚ ਹੋ ਗਿਆ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਹਰੀ ਹੋ ਜਾਣਾ ਹਰ ਇੱਕ ਦਾ ਭਵਿਸ਼ ਹੈ ਜਿਤਨੇ ਚਿਰ ਤੱਕ ਇਸ ਦੀ ਪ੍ਰਾਪਤੀ ਨਹੀਂ ਦੁੱਖ ਚੱਲਦਾ ਰਹੇਗਾ ਸੁਖ ਚੱਲਦਾ ਰਹੇਗਾ ਜਨਮ ਚੱਲਦਾ ਰਹੇਗਾ ਮਰਨ ਚੱਲਦਾ ਰਹੇਗਾ ਸਾਹਿਬ ਸਾਰਿਆਂ ਦੀ ਜੀਵਨ ਯਾਤਰਾ ਸਫਲ ਕਰਨ ਜ਼ਿੰਦਗੀ ਦਾ ਅੰਤ ਹੋਵੇ ਉਸ ਤੋਂ ਪਹਿਲੇ ਮਨ ਬੇਅੰਤ ਦੇ ਚਲੇਨ ਹੋ ਜਾਏ ਤਾਂ ਕਿ ਸੰਸਾਰ ਤੇ ਆਇਆ ਸਾਡਾ ਸਫਲ ਹੋ ਜਾਏ ਇਤਨੇ ਬੋਲ ਪਰਵਾਨ ਕਰਨੇ ਕੱਲ ਸਵੇਰੇ ਦੀ ਹਾਜ਼ਰੀ ਦਾਸ ਨੇ ਗੁਰਦੁਆਰਾ ਸੰਤਪੁਰਾ ਤਿਲਕ ਨਗਰ ਉੱਥੇ ਹੀ ਵਰਨੀ ਹੈ ਇਸ ਮਜ਼ਮੂਨ ਦਾ ਰਹਿਦਾ ਭਾਗ ਪਰਕਰਮ ਜੋ ਧੰਨ ਗੁਰੂ ਗੰਸਾਬ ਜੀ ਮਹਾਰਾਜ ਦੀ ਬਾਣੀ ਖੋਲਦੀ ਹੈ ਕੋਸ਼ਿਸ਼ ਕਰਾਂਗਾ ਅਗਰ ਸਤਗੁਰ ਨੇ ਸੁਰਤ ਬਣਾਈ ਰੱਖੀ ਤਾਂ ਫਿਰ ਕੱਲ ਸਵੇਰੇ 8 ਤੋਂ 9 ਇਹਨੂੰ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ